कांग्रेस सरकार मौके मुख्य मंत्री कैप्टन अमरिंदर सिंह वल्लों साबका फौजियों नूं मान दिंदिआं पिंडां विच गार्डियंस ऑफ गवर्नेंस स्कीम GOG शुरू की गई सी, जिस नूं खत्म करन देण दे रोश वजों साबका फौजियों आम आदमी पार्टी प्रति रोश पाया जा रहा है। इसे तहत ही सूबा भर के साबका फौजियों वालों इत्थे कैबिनेट मंत्री गुरमीत मीथेर की रिहायश अगे होर भरपूर रोष प्रदर्शन किया गया। सैनिकों नूं पुलिस वालों बैरीकेडिंग करके रोकने की कोशिश की गई, पर रोज आए साबका सैनिक बैरीकेड तोड़ रिहायश नूं जांदे मुख रास्ते तक पहुँच गए, जिथे उन्होंने धरना दे के अपना रोष जताया। दस दिए कि लंघे कल भी इत्थे साबका सैनिकां वल्लों रोस मार्च करदिआं मुख्यमंत्री भगवंत मान दा पुतला फूकिआ गया ते अपनी मंगां संबंधी मंग पत्र DC बरनाला राहीं भेजिआ गया सी। जिक्रयोग है कि गार्डियंस ऑफ गवर्नेंस स्कीम च सूबे भर दे 4300 साबका सैनिक काम करदे हन, जो स्कीम नूं खत्म करन नाल बेरोजगार हो गए हन। सरकार दा तर्क है कि इस स्कीम नाल सूबे ते करीब 72 करोड़ रुपए दा खर्च पै रहा है। ਸਾਡੇ ਦੇਖੋ ਫੌਜੀ ਜਿਹੜੇ ਵੀਰ ਨੇ, ਅਸੀਂ ਦੇਸ਼ ਦੀ ਸੇਵਾ ਨਿਭਾ ਕੇ ਆਉਂਦੇ ਹਾਂ ਅਤੇ ਬੜੀਆਂ ਕਠਿਨਾਈਆਂ ਕੱਟ ਕੇ ਅਤੇ ਅਸੀਂ ਇੱਥੇ ਆਉਂਦੇ ਹਾਂ ਅਤੇ ਜਿਹੜੀ ਵੀ ਡਿਊਟੀ ਕਰਦੇ ਹਾਂ ਨਾ, ਕਿਤੇ ਵੀ ਅਸੀਂ ਡਿਊਟੀ ਕਰਦੇ ਹਾਂ ਇਮਾਨਦਾਰੀ ਨਾਲ ਡਿਊਟੀ ਕਰਦੇ ਹਾਂ ਇੱਕ ਫੌਜੀ ਵਰਗ, ਉਹ ਤੁਹਾਨੂੰ ਵੀ ਪਤਾ ਹੈ। ਅਤੇ ਜਿਹੜਾ ਇੱਕ ਦੇਸ਼ ਦਾ ਰੱਖ ਆ, ਅਗਰ ਉਹ ਸੜਕਾਂ 'ਤੇ ਰੁਲਦਾ ਹੈ, ਦੇਖੋ ਇਹ ਕੈਪਟਨ ਸਰਕਾਰ ਇਹ ਜਿਹੜੀ ਹੈ ਇਸ ਸਕੀਮ ਜਿਹੜੀ ਆ GOG ਸਕੀਮ ਲੈ ਕੇ ਆਈ ਸੀ, ਅਤੇ ਇਹਦੇ 'ਚ ਜਿਹੜਾ ਇਹ ਜਿਹੜੀ GOG ਆ ਇਹਦੇ ਨਾਲ ਜਿਹੜੇ ਪਿੰਡ ਦੇ ਲੋਕ ਨੇ, ਜਿਹੜੇ ਆਮ ਲੋਕ ਨੇ, ਗਰੀਬ ਲੋਕ ਨੇ, ਬੜੇ ਪ੍ਰਭਾਵਿਤ ਨੇ ਵੀ ਇਹ ਹੋਣਾ ਚਾਹੀਦਾ। ਤੋ ਇਹਦੇ ਨਾਲ ਗਰੀਬ ਵਰਗ ਨੂੰ ਜਿਹੜਾ ਕੋਈ ਹੇਰਾਫੇਰੀ ਕਰਦਾ, ਕੋਈ ਮਤਲਬ ਘਰਾਣੇ ਵੱਡੇ ਵੱਡੇ ਘਰਾਣੇ ਆ, ਉਹ ਜਿਹੜੇ ਚੋਰੀਆਂ ਠੱਗੀਆਂ ਕਰਦੇ ਆ, ਉਹਨਾਂ ਦੇ ਉੱਤੇ ਇਹਦੇ ਨਾਲ ਬੰਨ ਦੇ ਨਾਲ ਕਿਤੇ ਨਾ ਕਿਤੇ ਨੱਥ ਪਈ ਹੈ। ਅਤੇ ਅਸੀਂ ਕੀ ਕਰਦੇ ਹਾਂ, ਫੌਜੀ ਬੰਦਾ ਹਮੇਸ਼ਾ ਇਮਾਨਦਾਰੀ ਨਾਲ, ਦੇਖੋ ਫੌਜੀ ਬੰਦਾ ਕਿਸੇ ਤੋਂ ਇੱਕ ਪੈਸੇ ਦੀ ਰਿਸ਼ਵਤ ਨਹੀਂ ਲੈਂਦਾ, ਇਹ ਸਾਰਾ ਦੇਸ਼ ਜਾਣਦਾ, ਸਾਰਾ ਜੱਗ ਜਾਣਦਾ। ਅਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਫੌਜੀ ਆ, ਕਹਿਣ ਦਾ ਮਤਲਬ ਅਸੀਂ ਮਤਲਬ ਬੇਈਮਾਨੀ ਤੋਂ ਦੂਰ ਰਹਿ ਕੇ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਕਰਦੇ ਹਾਂ। ਜਿਹੜੀ ਵੀ ਸਾਨੂੰ ਕੋਈ ਕਮੀ ਪੇਸ਼ੀ ਮਿਲਦੀ ਆ ਉਹਨੂੰ ਅਸੀਂ ਨੋਟ ਕਰਦੇ ਹਾਂ, ਅਤੇ ਨੋਟ ਕਰਦੇ ਹਾਂ ਉਹ ਜਿਹੜੀ ਕਮੀ ਪੇਸ਼ੀ ਆ ਅਸੀਂ ਸਰਕਾਰ ਤੱਕ ਪਹੁੰਚਾਉਂਦੇ ਹਾਂ। ਅਤੇ ਕੈਪਟਨ ਸਰਕਾਰ ਸੀਗੀ ਜਦੋਂ ਉਹ ਇਹ ਗੱਲਾਂ ਸੁਣਦੀ ਸੀਗੀ, ਜਿਹੜੇ ਕੈਪਟਨ ਸਰਕਾਰ ਦੇ ਵੇਲੇ MLA ਸਨ, ਜਦੋਂ ਇਹ ਸਾਡੇ GOG ਜਾ ਕੇ ਉਹਨਾਂ ਨੂੰ ਕੋਈ ਮੰਗ ਪੱਤਰ ਦਿੰਦੇ ਸਨ ਅਤੇ ਉਹਨਾਂ ਦੀ ਉਹ ਸੁਣਦੇ ਸਨ। ਜਿਹੜੇ ਹੋਣ ਵਾਲੇ ਆ ਨਾ, ਜਿਹੜੇ ਇੱਥੇ ਤੱਕ ਇਹ ਆ ਵੀ ਮੈਂ ਦੇਖੋ ਮੈਂ ਖੁਦ ਇਹ ਆਪਾਂ ਇੱਕ ਸਪੋਰਟਰ ਹਾਂ, ਮੈਂ ਫੌਜੀ ਹਾਂ, ਮੈਂ ਵੀ ਸੂਬੇਦਾਰ ਰਿਟਾਇਰਡ ਹਾਂ। ਅਤੇ ਕਹਿਣ ਦਾ ਮਤਲਬ ਅਸੀਂ ਸਾਡੇ GOG ਆ ਜਿਹੜੇ ਭਰਾ ਵਾ, ਇਹ ਅਗਰ MLA ਨੂੰ ਮਿਲਣ ਜਾਂਦੇ ਆ, ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਅਤੇ ਉਹਨੂੰ ਕਿਤੇ ਨਾ ਕਿਤੇ ਮਤਲਬ ਨਜ਼ਰ ਅੰਦਾਜ਼ ਕੀਤਾ ਜਾਂਦਾ। ਅਤੇ ਇਹ ਜਿਹੜੇ ਹੁਣ ਆਪਣੇ ਆਪ ਹੀ ਜੇ ਇਹਨਾਂ ਨੇ ਕੱਢਣਾ ਸੀਗਾ ਇੱਕ ਨੋਟੀਫਿਕੇਸ਼ਨ ਦਿੰਦੇ ਜਾਂ ਇਹਨਾਂ ਨੂੰ ਆਗਾਹ ਕਰਦੇ ਵੀ ਤੁਹਾਨੂੰ ਅਸੀਂ ਜਿਹੜੀ ਆ ਤੁਹਾਡੀ ਸਕੀਮ ਆ ਖਤਮ ਕਰਨੀ ਆ। ਅਤੇ GOG ਦੀ ਗੱਲ ਹੀ ਕਰ ਰਿਹਾ ਵੀ GOG ਨੂੰ ਕੋਈ ਪਤਾ ਹੀ ਨਹੀਂ ਹੈ, ਇੱਕਦਮ ਹੀ ਮੀਟਿੰਗ ਕਰਕੇ ਅਤੇ ਇਹਨਾਂ ਨੂੰ ਮਤਲਬ ਘਰ ਬਿਠਾ ਦੇਣਾ। ਅਤੇ ਕਿਤੇ ਨਾ ਕਿਤੇ ਦੇਖੋ ਸਾਡੇ ਬੱਚੇ ਭੁੱਖੇ ਮਰਨਗੇ, ਸਾਨੂੰ ਪੇਟ ਲੱਗਿਆ, ਦੇਖੋ 40-45 ਸਾਲ ਸਾਡੀ ਉਮਰ ਹੁੰਦੀ ਹੈ, 58 ਸਾਲ ਤੱਕ ਹਰੇਕ ਵਰਗ ਹੈ ਜਿਹੜੀ ਉਹ ਨੌਕਰੀ ਕਰਦਾ। ਸਾਡੀ ਬੇਨਤੀ ਆ ਸਰਕਾਰ ਅੱਗੇ, ਸਾਡੀ ਉਹ ਨਹੀਂ, ਦੇਖੋ ਜੇ ਨਾ ਕਰਨਗੇ ਤਾਂ ਅਸੀਂ ਦੇਖੋ ਜਿੰਨਾ ਸਾਡੇ ਤੋਂ ਹੋਏਗਾ ਔਰ ਜ਼ੋਰ ਅਸੀਂ ਦੇਖੋ ਆਪਣਾ ਮੁਜ਼ਾਰਾ ਜਿਹੜਾ ਬਣਦਾ ਹੈ ਡਿਸਿਪਲਿਨ ਦੇ ਵਿੱਚ ਰਹਿ ਕੇ ਕਰਾਂਗੇ, ਕੋਈ ਡਿਸਿਪਲਿਨ ਤੋਂ ਬਾਹਰ ਸਾਡੀ ਕੋਈ ਕਾਰਵਾਈ ਨਹੀਂ ਹੋਗੀ। ਦੇਸ਼ ਦੁਨੀਆਂ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।